जिसलै इधर मेरी गल सुनी के नहीं हो, जिसलै उतों निकले ना इतने तक तो गेन ना सीधे जो उतो लामकाम वाले पास कहीं जान गई, लामकाम वाले पास कहीं जान गई है उतने बड़े मजे की गल किसी आखी आज चांद तारे उन्हें देखते रह गए, चांद तारे उन्हें देखते रह गए, अर्ज समा उनको देखते रह गए, पहुंचकर सिदरा की मंजिल पर, पहुंचकर सिदरा की मंजिल पर आ रिश्ते मुस्तफा देखते रह गए। इधर मेरी गल सुनी की नहीं, उठे एंट हो गया एंट के ना, नहीं नहीं मैं अगे नहीं जा सकना, मेरे पार पार जा दस असल सुनिए वे आका दा मौला सही ना सिद्दीक अकबर फरमांदे ए जबरील समझे ही नहीं है मेरे आका जे हथां हाथ होवे ते फिर चल जावन एक ही हो सकना ना 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 फिर उठो चले गए। हुण गल असल जड़ी असल जिस गलाए मारे में आया डेपा पड़ वेले हां फिर इधर मेरी गल सुनी की नहीं नबी अलैहि सलातो सलाम हां ला मकाम पहुंचे हां और रब इश्क कबा बैठा रब इश्क कमा बैठा बदले एक जिन ने पूरी मखलूक नु गल पाई बैठा तुहाडे जैसे मेरे जैसे नु गल पाई बैठा समझ आ गई कि नहीं आई। फिर अगे के होंदा हुण जर जिहड़ी गल है ना असल 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 जिहड़ी गल हैगी हां ओ 18,000 साल दी रात है कितने साल नी ਤੁਹਾਡਾ ਕੀਦਾ ਸੀ ਤਾਂ ਕਰਦਾ ਪਿਆ 18,000 ਸਾਲ ਦੀ ਰਾਤ 90,000 ਗੱਲਬਾਤ ਹੋਈ 90,000 ਗੱਲਬਾਤ ਹੋਈ ਹਾਂ ਉਸ ਵਿੱਚ 60,000 ਜਿਹੜੀਆਂ ਗੱਲਾਂ ਗਈਆਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਵਾਸਤੇ ਜਿਹੜੀਆਂ 20,000 ਜਿਹੜੇ ਉਹ ਲਿਆਏ ਅੱਲਾਹ ਨੂੰ ਵਾਸਤੇ ਪਿੱਛੇ ਬਚ ਗਈਆਂ 10,000 ਤੁਹਾਡੇ ਤੇ ਮੇਰੇ ਵਾਸਤੇ ਇਹ ਜਿਹੜੀਆਂ ਇਧਰ ਮੇਰੀ ਗੱਲ ਸੁਣ ਕੇ ਨਹੀਂ ਆ ਇਹ ਜਿਹੜੀਆਂ 60,000 60,000 ਜਿਹੜੀ ਗੱਲਬਾਤ ਹੋਈ ਹਾਂ ਇਹ ਜਿਹੜਾ ਹੈ ਨਾ ਕਿਬਲਾ ਅਵਲ ਹੈ ਇਹਦੇ ਟੁੱਟਣ ਦੀ ਗੱਲ ਵੀ ਵਿੱਚ ਹੋਈ। ਇਹਦੇ ਟੁੱਟਣ ਵੀ ਮਹਿਰਾਜ ਸ਼ਰੀਫ ਦੀ ਗੱਲ ਵਿੱਚ ਹੋਈ ਔਰ ਇਹ ਮੇਰੀ ਗੱਲ ਸੁਣੀ ਕਿ ਨਹੀਂ ਆ ਸਲੀਬ ਟੁੱਟਣ ਦੀ ਵੀ ਗੱਲ ਵਿੱਚ ਹੋਈ ਇਹ ਵੀ ਹੋਈ ਜਿਹੜਾ ਮਜਦੇ ਮੜਦੇ ਮਜਾਇਦ ਤਰੋੜ ਸੀ ਉਸਦੀ ਗੱਲਬਾਤ ਵਿੱਚ ਹੋਈ। ਗੱਲ ਸਮਝਿਆ ਨਹੀਂ ਸਮਝਿਆ ਇੰਨਾ ਜਿਹੜਾ ਮੈਂ ਤੁਹਾਨੂੰ ਘੇਰਾ ਦਿੱਤਾ ਨਾ ਇੰਨਾ 18,000 ਸਾਲ ਦੀ ਰਾਤ ਹੈ ਫਿਰ ਉਵੇਂ ਹਾਨੀ ਦੇ ਕਰੋ ਹੈ ਕਿਬਲਾ ਅਵਲ ਵਿੱਚ ਫਿਰ ਇੱਧਰ ਮੇਰੀ ਗੱਲ ਸੁਣੀ ਕਿ ਨਹੀਂ ਆ 60,000 ਗੱਲਾਂ ਹੈ ਇਹ ਸਾਰੇ ਜਿਹੜੇ ਮੈਂ ਤੁਹਾਡੇ ਨਾਲ ਪੇਪੜ ਪਾਪੜ ਵੇਲੇ ਇਹ ਸਿਰਫ ਜੋ ਕੁਝ ਇਸਲੇ ਕਿਬਲਾ ਅਵਲ ਵਿੱਚ ਹੋਇਆ ਲੱਗਿਆ ਰਹਾ ਹਾਂ ਇਸੀ ਕੋਈ ਦੋਰਾ ਨਹੀਂ ਨਾ 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 ਕੋਈ ਦੋਰਾ ਨਹੀਂ ਨਾ ਇਹ ਜਿਹੜੇ ਯਹੂਦੀ ਹੈ ਇਹਨਾਂ ਕੋਲ ਹੋਈ ਮੇਰੀ ਗੱਲ ਸੁਣੀ ਕਿ ਨਹੀਂ ਹੋ ਫਲਸਤੀਨੀ ਕੱਟ ਮਰਦੇ ਨੇ ਕੱਟ ਕੱਟ ਮਰਦੇ ਨੇ ਮੈਂ ਜਿਹੜੀ ਗੱਲ ਆਖਣਾ ਇਸਰਾਇਲ ਨੇ ਕੰਟਰੋਲ ਖਤਮ 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 ਅਮਰੀਕਾ ਦਾ ਕੰਟਰੋਲ ਖਤਮ 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 ਜਿਹੜੀ ਗੱਲ ਮੈਂ ਆਖਣਾ ਪਿਆ ਜਿਹੜੀ ਗੱਲ ਸੋਚਣੇ ਨਾ ਨਾ ਅਮਰੀਕਾ ਦਾ ਕੰਟਰੋਲ ਹੈ ਇਸਰਾਇਲ ਨੇ ਕੰਟਰੋਲ ਹੈ ਮੈਂ ਨਹੀਂ ਮੰਨਣਾ ਉਹ ਜਾਗਦੇ ਖੁਆਬ ਤੱਕਣੇ ਪੈਣ ਖੁਆਬ 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 ਤੱਕਣੇ ਪੈਣ ਆਵਾਜ਼ ਇਹ ਹੀ ਹੈ ਨਹੀਂ ਤੁਸੀਂ ਭਾਵਾਂ ਉਸਨੂੰ ਬੱਚਾ ਸਮਝੋ ਪਰ ਬੱਚਾ ਹੈ ਮਾਸ਼ਾਅੱਲਾ ਹੈ ਬਾਲਕ ਆ ਹੁਣ ਜਿਹੜੀ ਤੁਹਾਡੇ ਜ਼ਿਹਨੀ ਜਿਹੜੀ ਗੱਲ ਪਾ ਛੋੜੀ ਨਹੀਂ ਇਧਰ ਮੇਰੀ ਗੱਲ ਸੁਣੀ ਕਿ ਨਹੀਂ ਆ ਜਿਸਲੇ ਕਿਬਲਾ ਅਵਲ ਨੂੰ ਢਾਣੇ ਦੀ ਕੋਸ਼ਿਸ਼ ਕਰ ਸਕਦਾ ਜਿਹੜਾ ਗੱਲਾਂ ਹੀ ਆ ਬੜੇ ਕੰਮ ਨਹੀਂ ਆ ਪਰ ਜਿਸ ਤਰ੍ਹਾਂ ਤੁਸੀਂ ਬੈਠੇ ਹੋ ਨਾ ਇਹ ਕੰਮ ਨਹੀਂ ਗੱਲਾਂ ਸੁਣਨੇ ਦਾ ਦਿਲ ਨਹੀਂ ਕਰਦਾ ਇਧਰ ਮੇਰੀ ਗੱਲ ਸੁਣੀ ਕਿ ਨਹੀਂ ਆ ਹੁਣ ਸਿਰਫ ਇਧਰ ਮੇਰੀ ਗੱਲ ਸੁਣੀ ਕਿ ਨਹੀਂ ਆ ਤਿੰਨਾਂ ਆਦਮੀ ਦੀ ਵਜ੍ਹਾ ਨਾਲ ਤਿੰਨਾਂ ਆਦਮੀ ਦੀ ਵਜ੍ਹਾ ਨਾਲ ਇਧਰ ਮੇਰੀ ਗੱਲ ਸੁਣੀ ਕਿ ਨਹੀਂ ਇਹ ਕਿਸ ਦੀ ਵਜ੍ਹਾ ਨਾਲ ਇੱਕੋ ਬੈਠੇ ਹੋ ਇਧਰ ਮੇਰੀ ਗੱਲ ਸੁਣੀ ਕਿ ਨਹੀਂ ਉਹ ਰਸ਼ਦ ਅਬਾਸੀ ਸਾਹਿਬ ਉਹਨਾਂ ਦੀ ਵਜ੍ਹਾ ਨਾਲ ਹਾਂ
ਇਹ ਜਿਹੜੀਆਂ ਮੈਂ ਤੁਸਾਂ ਨੂੰ ਜਿਹੜੀਆਂ ਗੱਲਾਂ ਸੁਣਾਉਂਦਾ ਪਿਆ ਇਹਨਾਂ ਦੀ ਵਜ੍ਹਾ। ਬਾਕੀ ਅਗਰ ਤੁਸੀਂ ਇਹ ਗੱਲ ਆਖੋ ਸਾਡੇ ਅੰਦਰ ਕੋਈ ਕਾਬਲੀਅਤ ਤੇ ਮੈਂ ਨਹੀਂ ਮੰਨਦਾ। ਇੱਕ ਬੰਦੇ ਨੂੰ ਤੁਸੀਂ ਆਣ ਕੇ ਮੈਚ ਤੇ ਚਾੜ ਦਿੰਦੇ, ਉਹਦਾ ਸੁਣਨ ਆਪਣਾ ਠੀਕ ਨਹੀਂ ਹੈ। ਹੁਣ ਮੈਨੂੰ ਇਹ ਦੱਸੋ, ਇੱਕ ਬੰਦੇ ਦਾ ਖੁਦ ਆਪਣਾ ਸੁਣ ਠੀਕ ਨਹੀਂ, ਮੈਂ ਉਹਦੀ ਨਾ ਸੁਣ ਸਕਦਾ? ਨਬੀ ਅਲੈਹਿ ਸਲਾਤੁ ਵਸਲਾਮ ਸੁਣ, ਰੱਬ ਸੁਣ, ਫਰਮਾਇਆ ਕੁਰਾਨ ਇਤਨੇ ਪਿਆਰ ਨਾਲ ਔਰ ਇਤਨੀ ਲਹਿਰ ਨਾਲ ਪੜ੍ਹੋ ਕਿ ਕੁਰਾਨ ਕੋਈ ਪੜ੍ਹਦਾ ਹੋਵੇ ਮੇਰੀ ਕੋਲ ਸੁਣ, ਚਿਰਿੰਦ ਪਰਿੰਦ ਵੀ ਆਣ ਕੇ ਬਹਿ ਕੇ ਸੁਣਨ, ਕੋਈ ਬੰਦਾ ਕੋਈ ਚੀਜ਼ ਪੜ੍ਹਨਾ ਪਿਆ। ਪਰ ਤੋਬਾ ਅੱਲਾ ਤੋਬਾ 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 ਤੋਬਾ, ਮੈਂ ਅਗਰ ਕਿਸੇ ਬੰਦੇ ਮਨਾ ਕਰ ਛੋੜਾ ਨਾ ਮੇਰੀ ਕੋਲ ਸੁਣ, ਨਾ ਨਾ ਉਹ ਮੈਨੂੰ ਐਂ ਹੋਰ ਖੋਲ ਕੇ ਦੇਖ ਸੀ ਇੰਜ ਹੈ। ਇਹ ਇਸਰਾਇਲ ਨਹੀਂ ਮੇਰੇ ਕੋਲੋਂ, ਮੇਰੇ ਰੱਬ ਕੋਲੋਂ, ਨਬੀ ਅਲੈਹਿ ਸਲਾਤੁ ਵਸਲਾਮ ਕੋਲੋਂ ਤੋੜ ਕਢਵਾ ਸਕੀ ਤੋੜ। ਐਂ ਵੀ ਪੁੱਛਦੇ ਹੈ ਤੁਸਾਂ ਦਾ 19 ਸਤੰਬਰ ਆ ਗਿਆ ਸੀ, 19 ਸਤੰਬਰ ਆ ਗਏ ਸੀ, 19 ਸਤੰਬਰ ਕਿੱਧਰ ਗਈ ਜਿਹੜੇ ਮੇਰੀ ਗੱਲ ਸੁਣੀ ਗਈ ਨਹੀਂ। ਇਹ ਜਿਹੜੇ ਸਾਰੇ ਹਾਂ ਹਾਂ ਇਹੋ ਸਾਰੇ ਫਿਰ ਫੋਨ ਕਰਕੇ ਮੇਰੀ ਗੱਲ ਸੁਣੀ ਗਈ ਨਹੀਂ, ਕੜੀ ਪਾਨਣ ਕੜੀ ਕੜੀ ਪਾਨਣ ਤਪ ਚੜਾਣੇ ਅਸੀਂ ਇੱਧਰ ਮੇਰੀ ਗੱਲ ਸੁਣੀ ਗਈ ਨਹੀਂ। ਪੀਰ ਸਾਹਿਬ ਨੂੰ ਪਿੰਜਰ ਸਾਹਿਬ ਨੂੰ ਤਪ ਚੜਾਓ, ਤਪ 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 ਚੜਾਓ ਹਾਂ। ਤਪ ਜਿਸਲੇ ਮੈਂ ਚੜਾਈ ਨਾ, ਮੈਂ ਜਿਵੇਂ ਮੈਂ ਚੜਾਈ ਇੱਧਰ ਮੇਰੀ ਗੱਲ ਸੁਣੀ ਗਈ ਨਹੀਂ। ਉਹ ਪਿੱਛੇ ਕੰਟੂਟਾ ਬੈਠਾ ਸ਼ਵੇਬ ਹੈ, ਚੀਜ਼ਾਂ ਇਸਦੀਆਂ ਮੈਂ 5 ਡੱਕੀਆਂ ਨੇ, ਉਹ ਬੈਠੇ ਉੱਠੋ ਉੱਠ ਖਲੋ ਉੱਠ ਕੇ ਖਲੋ ਹਾਂ। ਇੱਕ ਚੀਜ਼ ਪਿੱਛੇ ਰਹਿ ਗਈ ਇੱਧਰ ਮੇਰੀ ਗੱਲ ਸੁਣੀ ਗਈ ਨਹੀਂ, ਇਹ ਹੱਥ ਮੇਰੇ ਸਾਰੇ ਸੜ ਗਏ, ਸੜੇ ਨੂੰ ਕੱਪੜੇ ਮੇਰੇ ਸਾਰੇ ਸੜ ਗਏ, ਪੇਟ ਮੇਰਾ ਸੜ ਗਿਆ। ਇਹ ਜਿਹੜਾ ਖਲੋਤਾ ਹੈ ਨਾ, ਇਹ ਇਤਨਾ ਲਾਵਾਰਸ ਆਦਮੀ, ਲਾਵਾਰਸ ਲਾਵਾਰਸ ਆਦਮੀ, ਨਾ ਇਸ ਦਵਾਈ ਦੀ ਪੁੱਛੀ, ਨਾ ਇਸ ਫਰੂਟ ਦੀ ਪੁੱਛੀ, ਨਾ ਕਿਸੇ ਹੋਰ ਚੀਜ਼ ਦੀ ਪੁੱਛੀ। ਪੀਰ ਸਾਹਿਬ ਤੁਸੀਂ ਮੇਰੇ ਕੰਮ ਹੀ ਸੜੇ ਹੋ ਹੈ, ਕੇ ਅਸੀਂ ਤੁਹਾਨੂੰ ਤੇਰਾ ਕੋਈ ਚੂਜ਼ਾ ਲਿਆ ਵਾ। ਇਹ ਜਿਹੜੀ ਮੇਰੀ ਬਾਡੀ ਕਮਜ਼ੋਰ ਹੋ ਗਈ ਨਾ, ਕਮਜ਼ੋਰ ਹੋ ਗਈ ਹਾਂ, ਇਹ ਜਿਹੜੀ ਮੇਰੀ ਬਾਡੀ ਕਮਜ਼ੋਰ ਹੋ ਗਈ, ਇਹਨਾਂ ਦੁੱਖ ਦੀ ਵਜ੍ਹਾ, ਇਹਨਾਂ ਤਕਲੀਫਾਂ ਦੀ ਵਜ੍ਹਾ, ਬਹਿ ਜਾ ਬਹਿ ਜਾ, ਇਹਨਾਂ ਤਕਲੀਫਾਂ ਦੀ ਵਜ੍ਹਾ। ਹੁਣ ਅੱਜ ਕੱਲ੍ਹ ਮੈਨੂੰ ਉਹ ਬੰਦਾ ਚੱਕ ਕਿਤੇ ਅਸੀਂ ਆਉਂਦਾ, ਉਹ ਮੈਨੂੰ ਆਖਣਾ ਕੋਈ ਤਾਕਤ ਵਾਲੀਆਂ ਚੀਜ਼ਾਂ ਖਾਓ, ਬਾਡੀ ਆਪਣੀ ਅੰਦਰੋਂ ਚੀਜ਼ ਪੈਦਾ ਕਰੋ, ਪੈਦਾ ਪੈਦਾ। ਅੱਜ ਤੁਸਾਂ ਪਤਾ ਅੱਜ ਕੱਲ੍ਹ ਮੈਂ ਕੀ ਕਰਵਾਉਂਦਾ, ਥਰਾਪੀ ਕਰਵਾਉਂਦਾ, ਥਰਾਪੀ ਹਾਂ। ਅੱਜ ਮੇਰੀ ਉਹ ਜਿਹੜੀ ਉਹ ਥਰਾਪੀ ਕੀਤੀ ਨਾ, ਇਹ ਮੇਰੇ ਕੋਲ ਸੁਣੀ ਕਿ ਨਹੀਂ, ਇਹ ਜਿਹੜਾ ਟਾਈਮ ਮੈਂ ਤੁਹਾਨੂੰ ਲਾ ਦਿੱਤਾ, ਇਹ ਟਾਈਮ ਮੈਂ ਨਾ ਇਹਨਾਂ ਨਹੀਂ ਵਜਣਾ, ਨਾ ਇਹਨਾਂ ਨਹੀਂ ਵਜਣਾ, ਨਾ ਇਹਨਾਂ ਨਹੀਂ ਵਜਣਾ, ਮੈਂ ਨਹੀਂ ਲਿਆ, ਨਾ ਨਾ ਨਾ, ਇਹ ਟਾਈਮ ਲਾਇਆ ਉਹ ਜਿਹੜਾ ਉਹ ਮੇਰੇ ਕੋਲ ਜਿਹੜਾ ਬਰਫਾਨੀ ਬੱਚਾ ਪਿੱਛੇ ਬੈਠਿਆ, ਉਦੋਂ ਤੱਕਿਓ ਇੱਧਰ ਮੇਰੇ ਕੋਲ ਸੁਣੀ ਕਿ ਨਹੀਂ। ਇਹ ਆਇਆ ਮੁਲਤਾਨ ਤੋਂ ਕੋਟੀ ਉੱਤੇ ਐਂ ਭਾਈ ਜੀ, ਇਸ ਉੱਪਰ ਹੁਣ ਹੀ ਬਰਫ ਲੱਗਣ ਲੱਗੀ, ਹੁਣ ਹੀ ਬਸ ਪਹਿਣੇ ਲਈ, ਇੱਧਰ ਮੇਰੀ ਗੱਲ ਸੁਣੀ ਕਿ ਨਹੀਂ ਨਾ। ਮੈਂ ਆਖਣਾ ਇੰਨੇ ਦੂਰੋਂ ਇਹ ਆਉਂਦਾ, ਕਮ ਅਜ਼ ਕਮ ਜਿਸ ਕੰਮਾਂ ਦੇ ਮਾਰੇ ਆਉਂਦਾ, ਉਹ ਕੰਮ ਤਾਂ ਕਮ ਅਜ਼ ਕਮ ਇਸੇ ਪਲੇ ਪਾਈਏ ਨਾ, ਕੀ ਖਿਆਲ ਹੈ?